ਜੀ ਕੋਰਸਨ ਦੇ ਵੱਲੋਂ ਅਤੇ ਆਪਾਂ ਅੱਜ ਕਟਿੰਗ ਕਰ ਰਹੇ ਹਾਂ ਛੋਟੀ ਜਿਹੀ ਬੱਚੀ ਦੀ ਫਰੋਕ ਛੋਟੀ ਜਿਹੀ ਬੱਚੀ ਦੀ ਫਰੋਕ ਅਤੇ ਨਾਲ ਸਲਵਾਰ ਪਲੇਨ ਅਤੇ ਵਿਸਾਖੀ ਦਾ ਪ੍ਰੋਗਰਾਮ ਸੀਗਾ ਸਕੂਲੇ ਬੱਚਿਆਂ ਦੇ ਅਤੇ ਉਹਨਾਂ ਸੋਚਿਆ ਕਿ ਉਹਨਾਂ ਡਰੈਸ ਅਤੇ ਸੂਟ ਪੰਜਾਬੀ ਅੰਗ ਸੋਹਣਾ ਲੱਗੇਗਾ ਫਰੋਕ ਸੂਟ ਜਦੋਂ ਰੈਡੀ ਹੋ ਗਿਆ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਲੁੱਕੇ ਦੀ ਕਿੱਦਾਂ ਦੀ ਲੱਗੀ ਬਹੁਤ ਪਿਆਰੀ ਬੱਚੀ ਆ ਉਹਨੂੰ ਜਚਣਾ ਵੀ ਬੜਾ ਕਲਰ ਅਤੇ ਜਦੋਂ ਇਹਦੀ ਫਾਈਨਲ ਲੁੱਕ ਆਈ ਨਾ ਕਟਿੰਗ ਕਰ ਦਿੱਤਾ ਮੈਂ ਕਟਿੰਗ ਹੋ ਗਿਆ ਵਾ ਬਸ ਸਲਵਾਰ ਵੀ ਖੜ੍ਹੀ ਹੋ ਗਈ ਆ ਬੱਚੀ ਦੀ ਅਤੇ ਰੈਡੀ ਹੋ ਚੱਲੀ ਆ ਅਤੇ ਇਸ ਤੋਂ ਬਾਅਦ ਫਿਰ ਮੈਂ ਜਦੋਂ ਇਹਦੀ ਫਾਈਨਲ ਲੁੱਕ ਹੋਏਗੀ ਅਤੇ ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਤੁਸੀਂ ਦੱਸਣਾ ਕਿ ਇਹ ਕਿਸ ਤਰ੍ਹਾਂ ਦਾ ਲੱਗਾ ਸੂਟ